ਮੇਰਾ ਨਾਮ ਗੀਤਾਨੀ ਗੁੰਬਰ ਹੈ ਅਤੇ ਮੈਂ ਪੰਜਵੀਂ ਜਮਾਤ ਦੀ ਵਿਦਿਆਰਥਣ ਹਾਂ। ਅੱਜ ਮੈਂ ਤੁਹਾਨੂੰ ਸਿੱਖਿਆ ਦੇਣ ਵਾਲੀ ਕਹਾਣੀ ਔਖੇ ਸਮੇਂ ਨੂੰ ਵੇਖ ਕੇ ਕਦੇ ਹਿੰਮਤ ਨਾ ਹਾਰੋ ਸੁਣਾਵਾਂਗੀ। ਇੱਕ ਵਾਰ ਦੀ ਗੱਲ, ਇੱਕ ਸ਼ਹਿਰ ਵਿੱਚ ਇੱਕ ਵੱਡਾ ਬਾਗ ਸੀ ਜਿਸ ਦੇ ਨਾਲ ਹੀ ਇੱਕ ਤਲਾਬ ਸੀ ਜਿੱਥੇ ਇੱਕ ਰਾਜਾ ਹਰ ਰੋਜ਼ ਨਹਾਉਣ ਆਉਂਦਾ ਸੀ। ਤਲਾਬ ਦੇ ਨਾਲ ਹੀ ਇੱਕ ਬੋਹੜ ਦਾ ਦਰਖਤ ਲੱਗਿਆ ਹੋਇਆ ਸੀ ਜਿਸ ਦੇ ਉੱਪਰ ਕਾਂ ਦਾ ਪਰਿਵਾਰ ਰਹਿੰਦਾ ਸੀ ਅਤੇ ਦਰਖਤ ਦੇ ਥੱਲੇ ਖੁੱਡ ਵਿੱਚ ਕਾਲਾ ਸੱਪ ਰਹਿੰਦਾ ਸੀ। ਕਾਉਣੀ ਜਦੋਂ ਵੀ ਆਂਡੇ ਦਿੰਦੀ ਸੱਪ ਉਸਦੇ ਆਂਡੇ ਖਾ ਜਾਂਦਾ ਸੀ। ਉਹ ਬਹੁਤ ਦੁਖੀ ਹੁੰਦੇ। ਇੱਕ ਦਿਨ ਕਾਂ ਨੇ ਸੋਚਿਆ, ਕਿਉਂ ਨਾ ਮੈਂ ਰਾਜੇ ਦਾ ਹਾਰ ਇਸ ਖੁੱਡ ਵਿੱਚ ਸਿੱਟ ਦਵਾਂ। ਅਗਲੇ ਦਿਨ ਜਦੋਂ ਰਾਜਾ ਨਹਾਉਣ ਆਇਆ, ਕਾਂ ਨੇ ਦੇਖਿਆ ਰਾਜੇ ਨੇ ਨਹਾਉਣ ਲਈ ਕੱਪੜੇ ਤੇ ਹਾਰ ਉਤਾਰ ਕੇ ਰੱਖ ਦਿੱਤਾ। ਉਸਨੇ ਜਲਦੀ ਨਾਲ ਹਾਰ ਚੁੱਕ ਕੇ ਖੱਡੇ ਵਿੱਚ ਸਿੱਟ ਦਿੱਤਾ। ਰਾਜੇ ਨੇ ਉਸ ਨੂੰ ਦੇਖ ਲਿਆ ਤੇ ਰਾਜੇ ਨੇ ਜਲਦੀ ਨਾਲ ਆਪਣੇ ਨੌਕਰ ਨੂੰ ਬੁਲਾਇਆ। ਨੌਕਰਾਂ ਨੇ ਜਦੋਂ ਹਾਰ ਕੱਢਣ ਲਈ ਸੋਟੀ ਖੁੱਡ ਵਿੱਚ ਪਾਈ ਤਾਂ ਕਾਲਾ ਸੱਪ ਬਾਹਰ ਨਿਕਲ ਆਇਆ। ਉਹਨਾਂ ਨੇ ਸੋਟੀਆਂ ਮਾਰ ਮਾਰ ਕੇ ਕਾਲੇ ਸੱਪ ਨੂੰ ਮਾਰ ਦਿੱਤਾ। ਕਾਉਣੀ ਬਹੁਤ ਖੁਸ਼ ਹੋ ਗਏ ਕਿਉਂਕਿ ਉਹਨਾਂ ਦਾ ਦੁਸ਼ਮਣ ਮਰ ਗਿਆ। ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਔਖੇ ਸਮੇਂ ਵਿੱਚ ਕਦੇ ਹਿੰਮਤ ਨਹੀਂ ਹਾਰਨੀ ਚਾਹੀਦੀ, ਸਗੋਂ ਕਾਂ ਵਾਂਗੂ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਹੈ। ਧੰਨਵਾਦ।